ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਗਾਇਜ਼। ਸੋ ਇੱਕ ਵਾਰੀ ਫਿਰ ਮੈਂ ਤੁਹਾਡਾ ਵੈਲਕਮ ਕਰਦਾ ਮੇਰੇ ਇਸ ਚੈਨਲ ਦੇਸੀ ਕੈਨੇਡੀਅਨ ਵਲੌਗਸ 'ਚ। ਸੋ ਅੱਜ ਮੈਂ ਕੁਝ ਇੰਪੋਰਟੈਂਟ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਸੀ ਜੋ ਕੁਛ ਪਿਛਲੇ ਟਾਈਮ ਤੋਂ ਹੋ ਰਹੀਆਂ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਇਮੀਗ੍ਰੇਸ਼ਨ ਦਾ ਬਹੁਤ ਇਸ ਟਾਈਮ ਮੈਂ ਕਹਿ ਸਕਦਾ ਕਿ ਕ੍ਰਿਟੀਕਲ ਜਿਹੜਾ ਹੈ ਨਾ ਸਮਾਂ ਉਹ ਚੱਲ ਰਿਹਾ। ਮੈਂ ਇਸ ਟਾਈਮ ਹੈਗਾ ਆਪਣਾ ਟ੍ਰੇਲ BC 'ਚ ਹਾਂ। ਜਿੱਦਾਂ ਜਿਹੜੇ ਪੁਰਾਣੇ ਵਿਊਅਰਸ ਮੇਰੀ ਵੀਡੀਓ ਦੇਖਦੇ ਉਹਨਾਂ ਨੂੰ ਪਤਾ ਹੋਗਾ ਕਿ ਮੈਂ ਕਿੱਥੇ ਰਿਜ਼ਾਈਡ ਕਰਦਾ। ਸੋ ਇੱਥੇ ਵੀ ਸਿਚੁਏਸ਼ਨਸ ਮਤਲਬ ਖਰਾਬ ਹੁੰਦੀਆਂ ਜਾ ਰਹੀਆਂ ਨੇ ਹੌਲੀ ਹੌਲੀ। ਬੱਚੇ ਜਿਹੜੇ ਨਵੇਂ ਆ ਰਹੇ ਨੇ ਉਹਨਾਂ ਨੂੰ ਜੋਬ ਮਿਲ ਨਹੀਂ ਰਹੀਆਂ, ਜਾਂ ਜਿਹੜੇ ਪੁਰਾਣੇ ਨੇ ਉਹ ਕਿਤੇ ਮੂਵ ਹੋਣਾ ਚਾਹੁੰਦੇ ਨੇ, ਉਹਨਾਂ ਨੂੰ ਕਾਫੀ ਪ੍ਰੋਬਲਮ ਆ ਰਹੀ ਹੈ ਕਿਉਂਕਿ ਇਸ ਟਾਈਮ 'ਤੇ ਗਵਰਨਮੈਂਟ ਕਾਫੀ ਜਿਹੜੀ ਆ ਚੈਕਿੰਗ ਕਰ ਰਹੀ ਆ। ਜੇ ਤੁਸੀਂ ਆਪਣੀ PR ਵਗੈਰਾ ਲਈ ਹੈ ਪਿਛਲੇ ਕੁਛ ਟਾਈਮ ਵਿੱਚ, ਅਤੇ ਉਹ ਕਾਫੀ ਚੈੱਕ ਕਰ ਰਹੇ ਨੇ ਕਿ ਸਟਿਲ ਯੂ ਆਰ ਰਿਜ਼ਾਈਡਿੰਗ ਇਨ ਦੈਟ ਪ੍ਰੋਵਿੰਸ, ਸਟਿਲ ਯੂ ਆਰ ਇਨ ਦੈਟ ਜੋਬ ਦੈਟ ਗੈਟ ਯੂ ਦਾ PR। ਸੋ ਇਹ ਕੁਛ ਚੀਜ਼ਾਂ ਬਹੁਤ ਇੰਪੋਰਟੈਂਟ ਨੇ, ਅਤੇ ਮੈਂ ਤਾਂ ਤੁਹਾਨੂੰ ਇਹੀ ਰਿਕਮੈਂਡ ਕਰਦਾ ਕਿ ਗਾਇਜ਼ ਕਿ ਜਿਹੜੀ ਵੀ ਜੋਬ ਦੇ ਥਰੂ ਤੁਸੀਂ ਆਪਣੀ PR ਲਈ ਹੈ, ਜਾਂ ਜਿਹੜੀ ਵੀ ਸਿਟੀ 'ਚ ਤੁਸੀਂ ਰਹਿ ਰਹੇ ਹੋ, ਮੈਂ ਤਾਂ ਜਾਂ ਮਤਲਬ ਗਵਰਨਮੈਂਟ ਦੀਆਂ ਕੰਡੀਸ਼ਨਸ ਇਹੀ ਨੇ ਕਿ ਸਾਲ 2 ਸਾਲ ਐਟਲੀਸਟ ਤੁਸੀਂ ਆਪਣੀ PR ਤੋਂ ਬਾਅਦ ਉੱਥੇ ਸਟੇ ਕਰੋ, ਕਿਉਂਕਿ ਇਮੀਗ੍ਰੇਸ਼ਨ ਇਸ ਟਾਈਮ 'ਤੇ ਬਹੁਤ ਸਟ੍ਰਿਕਟ ਨੇ। ਉਹ ਜਿਹੜੀਆਂ LMIs ਨੇ, LMIs ਦਾ ਵੀ ਬਹੁਤ ਉਹਨਾਂ ਨੇ ਮਤਲਬ ਸਟ੍ਰਿਕਟ ਕਰਤਾ ਹੋਇਆ ਵਾ। ਹੁਣੇ ਨਿਊਜ਼ ਆਈ ਹੈ 3-4 ਦਿਨ ਪਹਿਲਾਂ ਕਿ ਜਿਹੜੇ ਆਪਣੇ ਵਿਜ਼ਿਟਰ ਵੀਜ਼ਾ ਵਾਲੇ ਨੇ ਉਹਨਾਂ ਨੇ ਵੀ LMI ਹੁਣ ਮਤਲਬ ਬੰਦ ਕਰ ਦਿੱਤੀ ਹੈ ਉਹਨਾਂ ਨੇ। ਸੋ ਇਹ ਕੁਛ ਚੀਜ਼ਾਂ ਨੇ ਕਿ ਜਿਹੜੀਆਂ ਸ਼ੋਅ ਕਰਦੀਆਂ ਨੇ ਕਿ ਗਵਰਨਮੈਂਟ ਇਜ਼ ਪ੍ਰੀਟੀ ਸਟ੍ਰਿਕਟ ਰਾਈਟ ਨਾਓ। ਸੋ ਯੂ ਗਾਇਜ਼ ਹੈਵ ਟੂ ਲਾਈਕ ਪਲੈਨ ਯੂਅਰ ਵੇ ਅਹੈਡ ਇਫ ਯੂ ਗਾਇਜ਼ ਆਰ ਕਮਿੰਗ ਹੇਅਰ ਔਰ ਐਨੀਵੇਅਰ ਇਨ ਦਾ ਕੈਨੇਡਾ। ਬੀ ਪ੍ਰਿਪੇਅਰਡ ਵਿਦ ਯੂਅਰ ਪਲੈਨ ਐਂਡ ਇਫ ਪੋਸੀਬਲ ਦੈਨ ਯੂ ਕੈਨ ਗੈਟ ਸਮ ਹੈਂਡਸ ਔਨ ਟ੍ਰੇਨਿੰਗ, ਹੈਂਡਸ ਔਨ ਐਕਸਪੀਰੀਅੰਸ ਔਰ ਸਮਥਿੰਗ ਸਕਿੱਲਫੁਲ ਇਫ ਯੂ ਆਰ ਕਮਿੰਗ ਹੇਅਰ, ਬਿਕਾਜ਼ ਇਫ ਯੂ ਆਰ ਟੇਕਿੰਗ ਐਨੀ ਕੋਰਸ ਵਿਦ ਦਾ ਥਰੈਟੀਕਲ ਨੌਲੇਜ ਔਰ ਸਮਥਿੰਗ ਲਾਈਕ ਇਨ ਬਿਜ਼ਨਸ ਔਰ ਐਨੀਥਿੰਗ ਲਾਈਕ ਦੈਟ, ਸੋ ਆਈ ਡੋਂਟ ਥਿੰਕ ਸੋ ਯੂ ਆਰ ਗੋਨਾ ਸਰਵਾਈਵ ਹੇਅਰ ਫੋਰ ਨੈਕਸਟ 2 ਈਅਰਸ। ਸੋ ਯੂ ਹੈਵ ਟੂ ਬੀ ਪ੍ਰਿਪੇਅਰਡ ਵਟਸ ਯੂਅਰ ਪਲੈਨ ਅਹੈਡ, ਵਟ ਯੂ ਆਰ ਗੋਇੰਗ ਟੂ ਡੂ ਐਂਡ ਯਾ, ਬਿਕੋਜ਼ ਪ੍ਰੋਬਲਮਸ ਕਾਫੀ ਆ ਰਹੀਆਂ ਨੇ ਇੱਥੇ, ਇਹ ਚੀਜ਼ਾਂ ਬਹੁਤ ਜ਼ਿਆਦਾ ਹੋ ਰਹੀਆਂ ਨੇ। ਉਹ ਇਸ ਟਾਈਮ 'ਤੇ ਬਹੁਤ ਸਟ੍ਰਿਕਟ ਨੇ ਅਤੇ ਆਪਣਾ ਜਿਹੜਾ ਹੈ ਨਾ ਸਾਰਾ ਉਹ ਪਲੈਨ ਕਰਕੇ ਆਓ ਇੰਡੀਆ 'ਚ,